किसानों वालों जगह जगह के उपर पंजाब सरकार के जिहड़े पोस्टर आ पाड़े गए है, चन्नी सरकार के पोस्टर पाड़े गए हैं, उन्होंने पोस्टरों के उपर जिहड़ा है कालक तोपी गई है। लगातार पहले एक दिन डीसी दफ्तर से, उदू बाद 15 दिन मनप्रीत बादल की कोठी का घराओ किया, सरकार टस तो मस नहीं हुई। हरेक मसले का हल चन्नी सरकार, यह पोस्टर जी झूठ मारे हुए है, ये अज असी पाड़े भी है तो उन्होंने मूहां ते कालख भी जी मिली है। ये कल बठिंडे के अंदर नहीं, पूरे पंजाब के अंदर जिथे गप मार के इन्होंने पोस्टर लाए है, बेमतलबी मशहूरी करके लोगों को वोटा बटोरनिया चाहते हैं, वह असं सख्त विरोध करते हैं। थां थां जिथे भी पोस्टर लगे होंगे असं उन्होंने उतारा तो उन्होंने काल संभाला। मीटिंग हुई सी, मीटिंग दे विच केड़े केड़े जिहड़े अधिकारी ओह शामिल सी और की थोनू कहा गया उहदे विच? करदौरी दा की मतलब है, तुसीं ऐलान करो जो करदे हो, पर तुसीं तां ऐलान नहीं करदे, तुसीं तां पहला पोस्टर च पेते भी असीं किसानां नूं योग माजवा दे चुके हां। 2015 दे अंदर चिट्टी मक्खी नाल नरमा मरिया, उदू पहलां असीं इत्थे राहुल भानकिया नूं देसी बीज भरदिआं नूं फड़ाया, तुसीं की कारवाइयां कीतीआं उहनां ते ते अज की करोगे? ये किसानों ने आ सिखा एक्शन लिया, अज तो बाद भी होर भी तिखे एक्शन आते रहेंगे तो सरकार को गोडनिया करके छड़ा। बठिंडा विखे अज किसानी संघर्ष को तेज करदिआं किसानों वालों जगह जगह के उपर पंजाब सरकार के जिहड़े पोस्टर आ पाड़े गए है, चन्नी सरकार के पोस्टर पाड़े गए हैं, उन्होंने पोस्टरों के उपर जिहड़ा है कालक तोपी गई है। गलबात कर लैंदे साडे नाल किसान जुड़े ने, मुआवजा जिहड़ा है मंग रहे हैं 60,000 रुपये प्रति एकड़, जिहड़ी नरमे की फसल बर्बाद हुई है मालवा जोन दे विच, मालवा एरिया दे विच, उहदा हजे तक सरकार वल्लों कोई भी जिहड़ा किसानां दे नाल गलबात करन वास्ते कोई नुमाइंदा नहीं आया है, तां अज जिहड़ा संघर्ष आ उह इहनां दे वल्लों तेज़ कीता गया है। संघर्ष नूं और तिखा करदे होए जगह जगह दे विच जिहड़े पोस्टर उह पाड़े गए हैं, साडे नाल किसान आगू मौजूद ने। अज तुहाडे प्रोटेस्ट नूं तीजा दिन है तुहाडे धरने नूं बठिंडा विखे, गलबात कोई नहीं करन आया ਤਾਂ ਅੱਜ ਤੁਹਾਨੂੰ ਪੋਸਟਰ ਵੀ ਪੜਨੇ ਪੈ ਗਏ, ਅੱਗੇ ਕੀ ਰਣਨੀਤੀ ਰਹੇਗੀ? ਅਸੀਂ ਜਦੋਂ ਨਰਮੇ ਦੇ ਮਾਜਬੇ ਨੂੰ ਲੈ ਕੇ ਲਗਾਤਾਰ ਪਹਿਲਾਂ ਇੱਕ ਦਿਨ ਡੀਸੀ ਦਫ਼ਤਰਾਂ 'ਤੇ, ਉਦੋਂ ਬਾਅਦ 15 ਦਿਨ ਮਨਪ੍ਰੀਤ ਬਾਦਲ ਦੀ ਕੋਠੀ ਦਾ ਘਰਾਓ ਕੀਤਾ, ਸਰਕਾਰ ਟਸ ਤੋਂ ਮਸ ਨਹੀਂ ਹੋਈ, ਕਿਸਾਨ ਲਗਾਤਾਰ ਜੂਝ ਰਹੇ ਆ। ਹੁਣ 25 ਤਰੀਕ ਤੋਂ ਲੈ ਕੇ ਕਿਸਾਨਾਂ ਨੇ ਡੀਸੀ ਦਫ਼ਤਰ ਦਾ ਮੁਕੰਮਲ ਘਰਾਓ ਕਰਿਆ ਹੋਇਆ, ਕੱਲ੍ਹ 2 ਘੰਟੇ ਲਈ ਉਹਨਾਂ ਰਿਹਾਇਸ਼ ਦਾ ਵੀ ਘਰਾਓ ਕਰਿਆ, ਅਤੇ ਕੱਲ੍ਹ ਜਦੋਂ ਮੀਟਿੰਗ ਚੱਲੀ ਹੈ ਮੀਟਿੰਗ ਦੇ ਵਿੱਚ ਕੁਝ ਨਹੀਂ ਨਿਬੜਿਆ। ਉਦੋਂ ਬਾਅਦ ਅਸੀਂ ਇਹ ਸੰਘਰਸ਼ ਨੂੰ ਤੇਜ਼ ਕੀਤਾ ਵੀ ਜਿੰਨੇ ਇਹਨਾਂ ਦੀਆਂ ਫੋਟੋਆਂ ਲਾਈਆਂ ਹੋਈਆਂ ਵਾਅਦੇ ਕੀਤੇ ਹੋਇਆ ਵੀ ਨਰਮੇ ਦਾ ਅਸੀਂ ਮਾਜ ਯੋਗ ਮਾਜਵਾ ਦੇ ਚੁੱਕੇ ਹਾਂ, ਜਾਂ ਅਸੀਂ ਘਰ ਘਰ ਨੌਕਰੀ ਦੇਵਾਂਗੇ, ਜਾਂ ਅਸੀਂ ਜਿਹੜੇ ਕਿਸਾਨ ਦਿੱਲੀ 'ਚ ਸ਼ਹੀਦ ਹੋਇਆ ਉਹਨਾਂ ਨੂੰ ਨੌਕਰੀ ਦੇਵਾਂਗੇ, ਚੰਦ ਪਰਿਵਾਰਾਂ ਤੋਂ ਬਿਨਾਂ ਕਿਸੇ ਨੂੰ ਨੌਕਰੀ ਨਹੀਂ ਦਿੱਤੀ ਗਈ, ਜਾਂ ਮਤਲਬ ਹਰੇਕ ਮਸਲੇ ਦਾ ਹੱਲ ਚੱਲਣੀ ਸਰਕਾਰ, ਇਹ ਪੋਸਟਰ ਹੈ ਜਿਹੜੀ ਝੂਠ ਮਾਰੇ ਹੋਇਆ, ਇਹ ਅੱਜ ਅਸੀਂ ਪਾੜੇ ਵੀ ਹੈ ਅਤੇ ਉਹਨਾਂ 'ਤੇ ਮੂੰਹਾਂ 'ਤੇ ਕਾਲਖ ਵੀ ਜਿਹੜੀ ਉਹ ਮਿਲੀ ਹੈ। ਇਹ ਇਕੱਲੇ ਬਠਿੰਡੇ ਦੇ ਅੰਦਰ ਨਹੀਂ, ਪੂਰੇ ਪੰਜਾਬ ਦੇ ਅੰਦਰ ਜਿੱਥੇ ਗੱਪ ਮਾਰ ਕੇ ਇਹਨਾਂ ਨੇ ਪੋਸਟਰ ਲਾਏ ਹੈ, ਬੇਮਤਲਬੀ ਮਸ਼ਹੂਰੀ ਕਰਕੇ ਲੋਕਾਂ ਤੋਂ ਵੋਟਾਂ ਬਟੋਰਨੀਆਂ ਚਾਹੁੰਦੇ ਹੈ, ਉਹਦਾ ਅਸੀਂ ਸਖ਼ਤ ਵਿਰੋਧ ਕਰਦੇ ਹਾਂ ਅਤੇ ਥਾਂ ਥਾਂ 'ਤੇ ਜਿੱਥੇ ਵੀ ਪੋਸਟਰ ਲੱਗੇ ਹੋਣਗੇ ਅਸੀਂ ਉਹਨਾਂ ਨੂੰ ਉਤਾਰਾਂਗੇ ਅਤੇ ਉਹਨਾਂ 'ਤੇ ਕਾਲ ਸੰਭਾਲਾਂਗੇ। ਕੱਲ੍ਹ ਤੁਹਾਡੀ ਜਿਹੜੀ ਮੀਟਿੰਗ ਹੋਈ ਸੀ, ਮੀਟਿੰਗ ਦੇ ਵਿੱਚ ਕਿਹੜੇ ਕਿਹੜੇ ਜਿਹੜੇ ਅਧਿਕਾਰੀ ਉਹ ਸ਼ਾਮਿਲ ਸੀ ਔਰ ਕੀ ਤੁਹਾਨੂੰ ਕਿਹਾ ਗਿਆ ਉਹਦੇ ਵਿੱਚ? ਕੱਲ੍ਹ ਜਿਹੜੀ ਜੋ ਮੀਟਿੰਗ ਹੋਈ ਹੈ, ਡੀਸੀ ਸੀ, ਡੀਸੀ ਸਾਹਿਬ ਸੀਗੇ ਇੱਥੋਂ, SSP ਸਾਹਿਬ ਜਾਂ ਮਤਲਬ ਖੇਤੀਬਾੜੀ ਮਹਿਕਮੇ ਦੇ ਅਧਿਕਾਰੀ ਸੀ, ਉਹਨਾਂ ਵੱਲੋਂ ਇਹੀ ਲਿਆਂਦਾ ਗਿਆ ਵੀ ਯਾਰ ਨਰਮੇ ਦਾ ਮਾਜਵਾ ਜਿਹੜਾ ਉਹਦੀ ਸਰਕਾਰ ਵੱਲੋਂ ਗੱਲ ਚੱਲ ਰਹੀ, ਅਸੀਂ ਗਰਦੌਰੀ ਕਰਾ ਰਹੇ ਹਾਂ। ਆਪਾਂ ਕਿਹਾ ਵੀ ਗਰਦੌਰੀ ਦਾ ਕੀ ਮਤਲਬ ਹੈ, ਤੁਸੀਂ ਐਲਾਨ ਕਰੋ ਜੋ ਕਰਦੇ ਹੋ, ਪਰ ਤੁਸੀਂ ਤਾਂ ਐਲਾਨ ਨਹੀਂ ਕਰਦੇ, ਤੁਸੀਂ ਤਾਂ ਪਹਿਲਾਂ ਪੋਸਟਰ 'ਚ ਪੇਤੇ ਵੀ ਅਸੀਂ ਕਿਸਾਨਾਂ ਨੂੰ ਯੋਗ ਮਾਜਵਾ ਦੇ ਚੁੱਕੇ ਹਾਂ। ਇਹਦੇ ਲਈ DC ਅਤੇ SSP ਨੂੰ ਪਹਿਲਾਂ ਇਹ ਵੀ ਕਿਹਾ ਆਪਾਂ ਵੀ 2015 ਦੇ ਅੰਦਰ ਚਿੱਟੀ ਮੱਖੀ ਨਾਲ ਨਰਮਾ ਮਰਿਆ, ਉਦੋਂ ਪਹਿਲਾਂ ਅਸੀਂ ਇੱਥੇ ਰਾਹੁਲ ਭਾਨਕਿਆਂ ਨੂੰ ਦੇਸੀ ਬੀਜ ਭਰਦਿਆਂ ਨੂੰ ਫੜਾਇਆ, ਤੁਸੀਂ ਕੀ ਕਾਰਵਾਈਆਂ ਕੀਤੀਆਂ ਉਹਨਾਂ 'ਤੇ ਅਤੇ ਅੱਜ ਕੀ ਕਰੋਗੇ? ਉਹਦੇ ਤੋਂ ਮਤਲਬ ਗੱਲਬਾਤ 'ਚ ਉਹਨਾਂ ਨੂੰ ਕੋਈ ਜਵਾਬ ਨਹੀਂ ਸੀ। ਇਹਦੇ ਲਈ ਕਿਸਾਨਾਂ ਨੇ ਆ ਸਿੱਖਾ ਐਕਸ਼ਨ ਲਿਆ, ਅੱਜ ਤੋਂ ਬਾਅਦ ਵੀ ਹੋਰ ਵੀ ਤਿੱਖੇ ਐਕਸ਼ਨ ਆਉਂਦੇ ਰਹਿਣਗੇ ਅਤੇ ਸਰਕਾਰ ਨੂੰ ਗੋਡਨੀਆਂ ਕਰਕੇ ਛੱਡਾਂਗੇ। ਇਸ ਤੋਂ ਬਾਅਦ ਕੀ ਸਟੈਪ ਹੋ ਸਕਦੇ? ਉਹ ਜੋ ਸੂਬਾ ਕਮੇਟੀ ਦੇ ਫੈਸਲੇ ਹੋਣ, ਕਿਉਂਕਿ ਸੂਬਾ ਕਮੇਟੀ ਦੀਆਂ ਬੈਠਕਾਂ ਹੁੰਦੀਆਂ, ਬੈਠਕਾਂ ਦੇ ਅੰਦਰ ਗਾਹਾਂ ਵਾਲਾ ਪ੍ਰੋਗਰਾਮ ਕੀ ਹੈ, ਸਰਕਾਰ ਕਿੱਥੇ ਖੜੀ ਹੈ, ਅਸੀਂ ਕੀ ਕਰਨਾ, ਇਹ ਆਉਣ ਵਾਲੇ ਦਿਨਾਂ 'ਚ ਜਿਉਂ ਜਿਉਂ ਸਰਕਾਰ ਕਿਸਾਨਾਂ ਦੀ ਅਣਸੁਣੀ ਕਰੂਗੀ ਉਵੇਂ ਉਵੇਂ ਸਰਕਾਰ 'ਤੇ ਦਬਾਅ ਬਣਾਉਣ ਦੀ ਖਾਤਰ ਹੋਰ ਤਿੱਖੇ ਸੰਘਰਸ਼ ਨੂੰ ਤਿੱਖਾ ਕੀਤਾ ਜਾਊਗਾ। ਬਿਲਕੁਲ, ਤਾਂ ਕਿਸਾਨ ਆਗੂ ਸੀਗੇ ਜੋ ਬਠਿੰਡਾ ਵਿਖੇ ਜਗ੍ਹਾ ਜਗ੍ਹਾ ਇਹਨਾਂ ਨੇ ਪੋਸਟਰ ਪੰਜਾਬ ਸਰਕਾਰ ਦੇ ਜਿਹੜੇ ਫਾੜੇ ਆ, ਚੰਨੀ ਸਰਕਾਰ ਦੇ ਫਾੜੇ ਨੇ, ਔਰ ਸੰਘਰਸ਼ ਨੂੰ ਜਿਹੜਾ ਹੈ ਹੋਰ ਵੀ ਅੱਗੇ ਤਿੱਖਾ ਕੀਤਾ ਜਾਊਗਾ। ਅਜੇ ਤੱਕ ਇਹਨਾਂ ਦੇ ਪ੍ਰੋਟੈਸਟ ਨੂੰ ਤੀਸਰਾ ਦਿਨ ਚੱਲ ਰਿਹਾ ਬਠਿੰਡਾ ਵਿਖੇ, ਮੁਕੰਮਲ ਇਹਨਾਂ ਨੇ ਘਿਰਾਓ ਜਿਹੜਾ ਹੈ ਮਿੰਨੀ ਸਕੱਤਰੇਤ ਦਾ ਬਠਿੰਡਾ ਵਿਖੇ ਕੀਤਾ ਹੋਇਆ, ਪਰ ਅਜੇ ਤੱਕ ਕੋਈ ਗੱਲ ਦਾ ਜਿਹੜਾ ਹੈ ਸਿੱਟਾ ਨਹੀਂ ਨਿਕਲਿਆ। ਤਾਂ ਕਿਸਾਨਾਂ ਵੱਲੋਂ ਜਿਹੜਾ ਪ੍ਰੋਟੈਸਟ ਹੈ ਉਹਨੂੰ ਜਾਰੀ ਰੱਖਦੇ ਹਾਂ, ਹੋਰ ਵੀ ਵੱਡੇ ਕਦਮ ਜਿਹੜੇ ਉਹ ਲਏ ਜਾ ਰਹੇ ਨੇ। ਬਠਿੰਡਾ ਤੋਂ ਪ੍ਰੋ ਪੰਜਾਬ TV ਦੇ ਲਈ ਆਕਾਂਕਸ਼ਾ ਸਕਸੈਨਾ।